ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਕੌਰ ਥਿੰਨ ਤੇ ਲੈ ਕੇ ਹਾਜ਼ਰ ਹੋਈ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਦਰਸ਼ਕੋ, ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਅਸੀਂ ਇੱਕ ਅਜਿਹੀ ਖਬਰ ਲੈ ਕੇ ਆਏ ਹਾਂ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਹੈ, ਇੱਕ ਅਜਿਹੀ ਪੱਤਰਕਾਰ ਵਾਰਤਾ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਅਤੇ ਇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਪੱਤਰਕਾਰ ਵਾਰਤਾ ਦੇ ਨਾਲ ਕਈ ਮਤਭੇਦ ਵੀ ਸਾਹਮਣੇ ਆਏ ਹਨ। ਆਓ ਪਾਉਂਦੇ ਹਾਂ ਇਸ ਰਿਪੋਰਟ ਤੇ ਇੱਕ ਨਜ਼ਰ। ਭਾਰਤ ਦੀ ਸਰਵ ਉੱਚ ਅਦਾਲਤ ਦੇ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ 4 ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ ਹੋਵੇ। ਜੱਜਾਂ ਨੇ ਮੀਡੀਆ ਸਾਹਮਣੇ ਆਉਣ ਮਗਰੋਂ ਵੱਡਾ ਖੁਲਾਸਾ ਕਰਦੇ ਹੋਏ ਸੁਪਰੀਮ ਕੋਰਟ ਦੇ ਵਿੱਚ ਸਭ ਕੁਝ ਸਹੀ ਨਹੀਂ ਹੈ ਦੱਸਿਆ। ਜਸਟਿਸ ਚੇਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਪੀਵਰਾਓ ਅਤੇ ਜਸਟਿਸ ਕੁਰੀਅਨ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਦੇ ਨਾਲ ਮਤਭੇਦ ਜ਼ਾਹਿਰ ਕੀਤੇ। ਇਨ੍ਹਾਂ 4 ਜੱਜਾਂ ਨੇ ਇਹ ਕਿਹਾ ਕਿ ਅਸੀਂ ਅੱਜ ਮੀਡੀਆ ਸਾਹਮਣੇ ਇਸ ਲਈ ਆਏ ਹਾਂ ਕਿ ਕੱਲ ਨੂੰ ਕੋਈ ਉਨ੍ਹਾਂ ਨੂੰ ਇਹ ਨਾ ਕਹੇ ਕਿ ਅਸੀਂ ਵੀ ਆਪਣੀ ਆਤਮਾ ਵੇਚ ਦਿੱਤੀ ਹੈ। ਜਸਟਿਸ ਚਲਮੇਸ਼ਵਰ ਨੇ ਕਿਹਾ ਕਿ ਅਸੀਂ ਪਿਛਲੇ 2 ਮਹੀਨੇ ਤੋਂ ਹਾਲਾਤ ਬਾਰੇ ਇਹ ਪੱਤਰਕਾਰ ਸੰਮੇਲਨ ਕਰ ਰਹੇ ਹਾਂ। ਉਨ੍ਹਾਂ ਦੇ ਘਰ ਦੇ ਵਿੱਚ 4 ਜੱਜ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਇਨ੍ਹਾਂ 4 ਜੱਜਾਂ ਨੇ ਦੱਸਿਆ ਹੈ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਵਿੱਚ ਸਭ ਕੁਝ ਠੀਕ ਨਾ ਹੋਣ ਬਾਰੇ ਚੀਫ ਜਸਟਿਸ ਨੂੰ 2 ਮਹੀਨੇ ਪਹਿਲਾਂ ਹੀ ਚਿੱਠੀ ਲਿਖ ਕੇ ਸੂਚਿਤ ਕੀਤਾ ਸੀ। ਜਸਟਿਸ ਚਲਮੇਸ਼ਵਰ ਨੇ ਕਿਹਾ ਕਿ ਅਸੀਂ ਪਿਛਲੇ 2 ਮਹੀਨੇ ਦੇ ਵਿੱਚ ਹਾਲਾਤ ਬਾਰੇ ਇਹ ਪੱਤਰਕਾਰ ਸੰਮੇਲਨ ਕਰ ਰਹੇ ਹਾਂ। ਉਨ੍ਹਾਂ ਦੇ ਘਰ ਦੇ ਵਿੱਚ 4 ਜੱਜ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਇਨ੍ਹਾਂ 4 ਜੱਜਾਂ ਨੇ ਦੱਸਿਆ ਹੈ ਕਿ ਉਨ੍ਹਾਂ ਸੁਪਰੀਮ ਕੋਰਟ ਦੇ ਵਿੱਚ ਸਭ ਕੁਝ ਠੀਕ ਨਾ ਹੋਣ ਬਾਰੇ ਚੀਫ ਜਸਟਿਸ ਨੂੰ 2 ਮਹੀਨੇ ਪਹਿਲਾਂ ਹੀ ਚਿੱਠੀ ਵੀ ਲਿਖੀ ਸੀ। ਭਾਰਤੀ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕ ਖਾਸ ਮੁੱਦੇ ਨੂੰ ਲੈ ਕੇ ਪ੍ਰੈਸ ਦੇ ਸਾਹਮਣੇ ਆਉਣ ਦੇ ਨਾਲ ਨਿਆਂਪਾਲਿਕਾ ਵਿਵਸਥਾ ਦੇ ਵਿੱਚ ਹੜਕੰਪ ਮਚ ਗਿਆ ਹੈ। ਜਸਟਿਸ ਚਲਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਪੀਵਰਾਓ ਅਤੇ ਜਸਟਿਸ ਕੁਰੀਅਨ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਦੇ ਨਾਲ ਮਤਭੇਦ ਜ਼ਾਹਿਰ ਕੀਤੇ ਹਨ। ਟਾਈਮ ਐਂਡ ਅਗੇਨ ਐਸ ਸੀਨੀਅਰ ਮੈਂਬਰਸ ਆਫ ਦੀ ਕੋਰਟ ਐਂਡ ਗੋਸ ਵਿਦਆਊਟ ਸੇਇੰਗ ਦੈਟ ਵੀ ਆਰ ਦੀ ਸੀਨੀਅਰ ਮੋਸਟ ਜੱਜਸ ਆਫ ਦੀ ਕੰਟਰੀ ਆਲਸੋ ਬਾਈ ਵਰਚੂ ਆਫ ਏਜ ਐਂਡ ਓਵਰ ਆਫਿਸ ਟੂਡੇ ਸੀਨੀਅਰ ਜੱਜਸ ਵੀ ਥੌਟ ਵੀ ਵੋਟ ਅ ਰਿਸਪੋਂਸਿਬਿਲਿਟੀ ਟੂ ਦੀ ਇੰਸਟੀਟਿਊਸ਼ਨ ਟੂ ਦੀ ਨੇਸ਼ਨ ਵੀ ਟਰਾਈ ਟੂ collectively persuade the Chief Justice that certain things are not in order, therefore he should take remedial measures. Unfortunately, our efforts failed. And my dear friends, we are all 4 of us are convinced that unless this institution is preserved and it maintains its equanimity, the democracy will not survive in this country or any country. For the survival of a democracy, it is said the hallmark of a good democracy is an independent and impartial judge. The judge is symbolic here, is the institution. Institution. Judge, the statement, but judge in the context means the judiciary. Now, well, anyway, a lot of things have been published in the press, pro, contrary, whatever it is. We are not entering a regular, it's not a political meeting where we go into all this controversy. But since all of our efforts failed, even this morning on a particular issue, 4 of us went and met the Honorable the Chief Justice of India with a specific request, which we could not unfortunately convince him that we were right and the appropriate decision is to be taken. We couldn't convince him. Therefore, we were left with no choice except to communicate it to the nation that please take care of the institution and take care of the nation, because we have heard a lot of wise men talking in this country earlier.
I don't want another 20 years later some very wise man in this country blame that Chalameshwar, Ranjan Gogoi, Madan Lokur and Kurian Joseph sold their souls. They didn't take care of this institution. They didn't take care of the interests of this nation. We don't want it to be set. So we place it before the people of this country. That's all, gentlemen, we wanted to inform you. A thing was done in a particular... thing was done, but in such a way that it left too many questions. It raised further questions and further doubts about the integrity of the institution. That's what we believe. And many more things happened. So... and this morning also we had to go on something like this. ਭਾਰਤੀ ਨਿਆਂਪਾਲਿਕਾ ਨੂੰ ਦੇਸ਼ ਦੇ ਲੋਕਤੰਤਰ ਦਾ ਇੱਕ ਮਜ਼ਬੂਤ ਸਤੰਭ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਅੰਦਰੂਨੀ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਚਾਰ ਜੱਜਾਂ ਨੇ ਆਪਣੇ ਹੀ ਚੀਫ ਜਸਟਿਸ ਦੇ ਸਵਾਲ ਖੜੇ ਕੀਤੇ ਹਨ, ਉਸ ਦੇ ਨਾਲ ਪੂਰੀ ਨਿਆਂਪਾਲਿਕਾ ਵਿਵਸਥਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਪੂਰੇ ਮਾਮਲੇ ਨੂੰ ਲੈ ਕੇ ਚੀਫ ਜਸਟਿਸ ਦੇ ਦੋਸ਼ ਲਗਾਉਣ ਵਾਲੇ ਚਾਰ ਜੱਜਾਂ ਦੀ ਕਾਰਜ ਸ਼ੈਲੀ ਤੇ ਇੱਕ ਪਾਸੇ ਜਿੱਥੇ ਸਵਾਲ ਖੜੇ ਹੋ ਰਹੇ ਹਨ, ਉੱਥੇ ਹੀ ਇਨ੍ਹਾਂ ਜੱਜਾਂ ਵੱਲੋਂ ਉਠਾਏ ਗਏ ਮੁੱਦਿਆਂ ਨੇ ਵੀ ਨਵੀਂ ਬਹਿਸ ਛੇੜ ਦਿੱਤੀ ਹੈ। ਦੇਸ਼ ਦੇ ਵਕੀਲਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਦੇਸ਼ ਦੀ ਸੁਪਰੀਮ ਕੋਰਟ ਵਿਵਸਥਾ ਮੀਡੀਆ ਸਾਹਮਣੇ ਆਈ ਹੈ, ਉਸ ਦੇ ਨਾਲ ਨਾ ਸਿਰਫ ਇਨ੍ਹਾਂ ਜੱਜਾਂ ਵੱਲੋਂ ਉਠਾਏ ਮੁੱਦਿਆਂ ਤੇ ਦੇਸ਼ ਭਰ ਦੇ ਵਿੱਚ ਬਹਿਸ ਛਿੜ ਗਈ ਹੈ, ਸਗੋਂ ਜਿਸ ਤਰ੍ਹਾਂ ਨਿਆਂਪਾਲਿਕਾ ਵਿਵਸਥਾ ਦੇ ਨਾਲ ਲੋਕ ਰਾਜੀ ਪ੍ਰਕਿਰਿਆ ਨੂੰ ਖਤਰੇ ਵਿੱਚ ਦੱਸਿਆ ਗਿਆ ਹੈ, ਉਸ ਦੇ ਨਾਲ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਵਿੱਚ ਵੀ ਇੱਕ ਬਹਿਸ ਛਿੜ ਗਈ ਹੈ। ਵਕੀਲਾਂ ਦਾ ਮੰਨਣਾ ਹੈ ਕਿ ਜੱਜਾਂ ਦਾ ਮੀਡੀਆ ਸਾਹਮਣੇ ਆ ਕੇ ਇਸ ਤਰ੍ਹਾਂ ਵਿਵਸਥਾ ਤੇ ਸਵਾਲ ਖੜੇ ਕਰਨ ਦੇ ਨਾਲ ਨਿਆਂਪਾਲਿਕਾ ਦਾ ਅਕਸ ਧੁੰਦਲਾ ਹੁੰਦਾ ਹੈ ਅਤੇ ਇੰਝ ਲੱਗਦਾ ਹੈ ਕਿ ਹੁਣ ਦੇਸ਼ ਦੀ ਨਿਆਂਪਾਲਿਕਾ ਵਿਵਸਥਾ ਵੀ ਸਿਆਸੀ ਪਲੇਟਫਾਰਮ ਬਣ ਕੇ ਰਹਿ ਗਈ ਹੈ। ਪੂਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਿਆਂਪਾਲਿਕਾ ਦੇ ਇਸ ਮੁੱਦੇ ਤੇ ਸਰਕਾਰ ਦੇ ਦਖਲ ਦੇਣ ਤੋਂ ਜਿੱਥੇ ਇਨਕਾਰ ਕੀਤਾ ਹੈ, ਉੱਥੇ ਹੀ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੇ ਜੱਜਾਂ ਵੱਲੋਂ ਉਠਾਏ ਮੁੱਦਿਆਂ ਤੇ ਉਨ੍ਹਾਂ ਦਾ ਪੱਖ ਲੈਂਦਿਆਂ ਜਾਂਚ ਦੀ ਗੱਲ ਕਹੀ ਹੈ। ਇਸ ਸਾਰੇ ਮਾਮਲੇ ਬਾਰੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਹਰਿਆਣਾ ਤੋਂ ਐਡਵੋਕੇਟ ਵਿਕਰਮ ਸਿੰਘ ਦੇ ਨਾਲ, ਜਿਨ੍ਹਾਂ ਤੋਂ ਅਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜੋ ਸਭ ਕੁਝ ਹੋਇਆ ਸਹੀ ਹੈ, ਕੀ ਰਾਏ ਹੈ ਉਹਨਾਂ ਦੀ, ਆਓ ਸੁਣਦੇ ਹਾਂ ਇਸ ਗੱਲਬਾਤ ਨੂੰ। ਸਰ, ਇੱਕ ਸੁਪਰੀਮ ਕੋਰਟ ਦੇ ਚਾਰ ਜੱਜਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਗਿਆ, ਕਿਉਂਕਿ ਬਹੁਤ ਸਾਰੇ ਸਵਾਲ ਖੜੇ ਹੋਏ ਆ। ਲੋਕ ਜੋ ਹੈ ਜਿਸ ਥਾਂ ਤੇ ਜਾਂਦੇ ਹੈਗੇ ਆ ਇਨਸਾਫ ਦੇ ਲਈ, ਜੇ ਉਹ ਲੋਕ ਖੁਦ ਹੀ ਲੋਕਾਂ ਦੇ ਸਾਹਮਣੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨਗੇ ਤੇ ਮਤਲਬ ਮਾਮਲਾ ਸੰਗੀਨ ਹੋ ਜਾਂਦਾ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜੋ ਉਹਨਾਂ ਨੇ ਖੁਲਾਸੇ ਕੀਤੇ ਆ। ਜੀ ਮੈਡਮ, ਇਸ ਤਰ੍ਹਾਂ ਹੈ, ਇਸ ਕੇਸ ਦੇ ਵਿੱਚ ਜੋ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਚਾਰ ਜਸਟਿਸ ਨੇ ਜੋ ਆਪਣੀ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਜੀ ਔਰ ਇਸ ਮੈਟਰ ਨੂੰ ਜੋ ਡਿਸਕਲੋਜ਼ ਕੀਤਾ ਹੈ ਜੀ, ਅਲਟੀਮੇਟਲੀ ਦੇਖੋ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜੋ ਸਾਡਾ ਕਾਨੂੰਨ ਹੈ ਜਿਸ ਤੇ ਲੋਕ ਵਿਸ਼ਵਾਸ ਕਰਦੇ ਆ, ਜਿਹਨੂੰ ਲੋਕ ਰੱਬ ਵਾਂਗੂ ਮੰਨਦੇ ਆ ਜੀ, ਔਰ ਜਿਹਦੇ ਵਿੱਚ ਜੁਡੀਸ਼ਰੀ ਦਾ ਅਗਰ ਕੋਈ ਉਹਨਾਂ ਦੀ ਆਪਣੀ ਪ੍ਰਿਵਿਲੇਜ ਨੇ, ਕੋਈ ਉਹਨਾਂ ਦੀ ਆਪਣੀ ਸੈਟਲਡ ਪਾਵਰ ਨੇ, ਉਸ ਪਾਵਰਸ ਨੂੰ ਉਹ ਉਹਨਾਂ ਨੇ ਕਿਵੇਂ ਐਕਸਰਸਾਈਜ਼ ਕਰਨਾ ਹੈ। ਜੁਡੀਸ਼ਰੀ ਦੀ ਲਿਬਰਲ ਹੈ, ਜੁਡੀਸ਼ਰੀ ਦੀ ਆਪਣੀ ਡਿਸਕ੍ਰੀਸ਼ਨ ਹੈ ਜੀ, ਔਰ ਸਭ ਤੋਂ ਵੱਡੀ ਗੱਲ ਜੋ ਕੱਲ ਵਾਲਾ ਮੈਟਰ ਸਾਹਮਣੇ ਆਇਆ ਜਿਹਦੇ ਵਿੱਚ ਜਸਟਿਸ ਚੰਦਰੇਸ਼ਵਰ ਜੀ ਔਰ ਵਗੈਰਾ ਵਗੈਰਾ ਰੰਜਨ ਗੰਗੋਈ ਜੀ ਔਰ ਕੁਛ ਹੋਰ ਜਸਟਿਸ ਨੇ ਆ ਕੇ ਖੁਲਾਸਾ ਕੀਤਾ, ਉਹਨਾਂ ਨੇ ਡਾਇਰੈਕਟਲੀ ਜੋ ਜਸਟਿਸ ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਜੀ ਦੇ ਖਿਲਾਫ਼ ਜੋ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਜਸਟਿਸ ਦੀਪਕ ਮਿਸ਼ਰਾ ਜੀ ਜੋ ਸਾਡੇ ਚੀਫ ਜਸਟਿਸ ਆਫ ਇੰਡੀਆ ਨੇ ਮਾਨਯੋਗ, ਔਰ ਉਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ, ਇੱਕ ਰਿਟਰਨ ਦੇ ਵਿੱਚ ਉਹਨਾਂ ਨੇ ਇੱਕ ਮੈਮੋਰੈਂਡਮ ਪੇਸ਼ ਕੀਤਾ ਕਿ ਜੋ ਹੋ ਰਿਹਾ
ਦੈਟ ਇਜ ਵੈਰੀ ਮਚ ਹੀਨੀਅਸ, ਦੈਟ ਇਜ ਵੈਰੀ ਮਚ ਸੀਰੀਅਸ ਫੋਰ ਆਵਰ ਡੈਮੋਕ੍ਰੇਸੀ। ਔਰ ਜੋ ਉਹਨਾਂ ਦੀ ਡੈਮੋਕ੍ਰੇਸੀ ਡੈਮੋਕ੍ਰੇਟਿਕ ਵੇ ਨਾਲ ਨਹੀਂ ਹੋ ਰਿਹਾ, ਜੋ ਸਾਡਾ ਕੰਸਟੀਟਿਊਸ਼ਨ ਸਾਨੂੰ ਪਰਮਿਟ ਕਰਦਾ, ਕਿਉਂਕਿ ਉਹਦੇ ਵਿੱਚ ਇਹ ਹੈ ਕਿ ਫਸਟ ਆਫ ਆਲ ਤਾਂ ਇਹੀ ਹੈ ਕਿ ਜੁਡੀਸ਼ਰੀ ਨੂੰ ਕੋਈ ਕੰਡੈਮ ਨਹੀਂ ਕਰ ਸਕਦਾ, ਠੀਕ ਹੈ ਨਾ ਜੀ। ਜੁਡੀਸ਼ਰੀ ਦੀ ਆਪਣੀ ਪਾਵਰਸ ਨੇ, ਜੁਡੀਸ਼ਰੀ ਆਪਣੀ ਪਾਵਰ ਨੂੰ ਐਕਸਰਸਾਈਜ਼ ਕਰਨ ਲਈ ਲਿਬਰਲ ਹੈ ਜੀ। ਲੇਕਿਨ ਅਗਰ ਕੋਈ ਕਿਸੇ ਦੇ ਫੈਸਲੇ ਤੋਂ ਕੋਈ ਆਹਤ ਹੁੰਦਾ ਜਾਂ ਉਹਨਾਂ ਨੂੰ ਕੋਈ ਉਸ ਫੈਸਲੇ ਤੋਂ ਉਹਨਾਂ ਨੂੰ ਲੱਗਦਾ ਕਿ ਇਹ ਫੈਸਲਾ ਜਿਹੜਾ ਉਹਨਾਂ ਦੇ ਹੱਕ 'ਚ ਹੈ ਜਾਂ ਉਹਨਾਂ ਦੇ ਖਿਲਾਫ਼ ਹੈ, ਉਹਦੇ ਖਿਲਾਫ਼ ਉਹ ਅਪੀਲ 'ਤੇ ਜਾ ਸਕਦੇ ਨੇ ਜੀ। ਜੋ ਕੱਲ ਵਾਲਾ ਮੈਟਰ ਆਇਆ ਮੈਡਮ, ਉਹਦੇ ਵਿੱਚ ਇਸ ਤਰ੍ਹਾਂ ਸੀ ਕਿ ਉਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਚੀਫ ਜਸਟਿਸ ਆਫ ਇੰਡੀਆ ਨੂੰ ਕਿ ਕੁਛ ਕੇਸਿਸ ਜਿਹੜੇ ਸਾਡੇ ਕੋਲ ਪਾਵਰ ਸੀ ਐਕਸਰਸਾਈਜ਼ ਕਰਨ ਦੀ, ਔਰ ਉਸ ਤੋਂ ਇਲਾਵਾ ਉਹਨਾਂ ਨੇ ਫਰਦਰ ਕਿਸੇ ਹੋਰ ਬੈਂਚ ਨੂੰ ਮਾਰਕ ਕੀਤਾ, ਉਹਦੇ ਲਈ ਉਹਨਾਂ ਨੇ ਇਸ ਚੀਜ਼ ਉੱਤੇ ਜ਼ਿਆਦਾ ਰੋਸ ਪ੍ਰਗਟ ਕੀਤਾ। ਔਰ ਅਸੀਂ ਤਾਂ ਵੈਸੇ ਸਾਡੇ ਜੋ ਅਗਰ ਤੁਸੀਂ ਪਰਸਨਲ ਵਿਊ ਲੈਂਦੇ ਹੋ, ਅਸੀਂ ਤਾਂ ਇਹ ਸਮਝਦੇ ਹਾਂ ਕਿ ਇਹ ਚੀਜ਼ ਡਿਸਕਲੋਜ਼ ਨਹੀਂ ਹੋਣੀ ਚਾਹੀਦੀ ਸੀ, ਦੇਸ਼ ਲਈ ਵੀ ਬਹੁਤ ਵੱਡਾ ਇੱਕ ਯਾਨੀ ਕਿ ਮੰਦਭਾਗੀ ਘਟਨਾ ਹੈ ਜੀ। ਬਿਲਕੁਲ, ਜਸਟਿਸ ਚਿਲਮੇਸ਼ਵਰਮ ਨੇ ਕਿਹਾ ਹੈ ਕਿ 20 ਸਾਲ ਬਾਅਦ ਜਾਂ ਕੁਛ ਸਾਲਾਂ ਬਾਅਦ ਲੋਕ ਸਾਨੂੰ ਸਾਡੇ ਮਨ ਦੇ ਵਿੱਚ ਇਹ ਮਲਾਲ ਨਾ ਹੋਵੇ ਕਿ ਅਸੀਂ ਸੱਚ ਨਹੀਂ ਬੋਲਿਆ, ਜਾਂ ਫਿਰ ਮਤਲਬ ਇਹ ਬੇਹੱਦ ਅਹਿਮ ਗੱਲ ਹੋ ਜਾਂਦੀ ਹੈ ਕਿਉਂਕਿ ਇੱਕ ਜੱਜ ਇਹ ਗੱਲ ਕਹਿ ਰਿਹਾ ਹੈ ਕਿ ਅਸੀਂ ਸੱਚ ਨਹੀਂ ਬੋਲਿਆ। ਇਸ ਦੇ ਨਾਲ ਬਹੁਤ ਸਾਰੇ ਸਵਾਲ ਉੱਠਦੇ ਆ ਮਨਾਂ ਦੇ ਵਿੱਚ, ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਜਿਨ੍ਹਾਂ ਨੇ ਇਨਸਾਫ ਦੇ ਲਈ ਉਹਨਾਂ ਕੋਲ ਜਾਣਾ ਸੀ, ਕਿ ਕੀ ਅਜਿਹਾ ਕੀ ਹੋ ਗਿਆ ਕਿ ਇੱਕ ਜੱਜ ਇਸ ਤਰ੍ਹਾਂ ਦੀ ਗੱਲ ਕਹਿ ਰਿਹਾ ਹੈ। ਮੈਡਮ ਇਹਦੇ ਦੇਖੋ ਪੂਰਾ ਤੁਸੀਂ ਵੀ ਸਾਰਾ ਕੱਲ ਦਾ ਦੇਖ ਰਹੇ ਹੋ, ਕੱਲ ਦਾ ਕੋਈ ਕੋਈ ਪ੍ਰੋਪਰ ਫੈਕਟਸ ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਸਬਸਟੈਂਟਿਵ ਫੈਕਟਸ ਜੋ ਹੈ ਸਾਹਮਣੇ ਨਹੀਂ ਆਏ, ਕੋਈ ਐਵੇਂ ਦੀ ਡਿਸਕਲੋਜ਼ ਨਹੀਂ ਕਰ ਸਕੇ ਕਿ ਕੀ ਮੈਟਰ ਸੀ। ਇੱਕ ਜਜਮੈਂਟ ਦਾ ਹਵਾਲਾ ਦਿੱਤਾ ਜਾ ਰਿਹਾ, ਉਹ ਜਜਮੈਂਟ ਨੂੰ ਲੈ ਕੇ ਵਾਰ ਵਾਰ ਇਸ਼ੂ ਰੇਜ਼ ਕੀਤੇ ਜਾ ਰਹੇ ਨੇ, ਲੇਕਿਨ ਉਸ ਜਜਮੈਂਟ ਦੇ ਵਿੱਚ ਜਸਟਿਸ ਚੀਫ ਜਸਟਿਸ ਆਫ ਇੰਡੀਆ ਦੇ ਕੋਲੋਂ ਜਾਂ ਉਹਨਾਂ ਦੇ ਕੋਲੋਂ ਐਸਾ ਕੀ ਕੁਛ ਐਡਵਰਸ ਆਰਡਰ ਹੋਇਆ, ਜਾਂ ਕਿਉਂਕਿ ਦੇਖੋ ਇੱਕ ਕਮੇਟੀ ਬਣੀ ਹੋਈ, ਇੱਕ ਰੋਸਟਰ ਬਣਿਆ ਹੋਇਆ, ਕੋਈ ਵੀ ਕੇਸ ਜਿਹੜਾ ਫਾਈਲ ਹੁੰਦਾ ਚੀਫ ਜਸਟਿਸ ਆਫ ਇੰਡੀਆ ਦੀ ਕੋਰਟ ਦੇ ਵਿੱਚ ਅਗਰ ਫਾਈਲ ਹੁੰਦਾ ਤਾਂ ਮਾਰਕ ਹੁੰਦਾ ਕਿਹੜੀ ਬੈਂਚ ਕੋਲ ਜਾਏਗਾ। ਇਹ ਜਿਹੜੀ ਬੈਂਚ ਸੀ ਸੰਵਿਧਾਨਿਕ ਪੀਠ ਸੀ, ਇਹ ਕੰਸਟੀਟਿਊਸ਼ਨਲ ਬੈਂਚ ਸੀ, ਜਿਹੜਾ ਕੱਲ ਚਾਰ ਜੱਜਾਂ ਨੇ ਜੋ ਖੁਲਾਸਾ ਕੀਤਾ ਸੀ ਉਹਨਾਂ ਨੇ ਸ਼ਾਇਦ ਜੋ ਅਸੀਂ ਓਬਜ਼ਰਵ ਕੀਤਾ ਕਿ ਸ਼ਾਇਦ ਕੋਈ ਐਸਾ ਲਿਟੀਗੇਸ਼ਨ ਸੀ ਜਿਹੜੀ ਜਜਮੈਂਟ ਦਾ ਹਵਾਲਾ ਦੇ ਰਹੇ ਨੇ ਵਾਰ ਵਾਰ ਤਮਿਲਨਾਡੂ ਦੇ ਸਟੇਟ ਦੇ ਨਾਲ ਰਿਲੇਟਿਡ ਸੀ ਕੋਈ, ਕਿਉਂਕਿ ਇਹ ਪਾਵਰ ਜਿਹੜੀ ਹੈ ਉਹਨਾਂ ਨੇ ਆਪਣੀ ਸੰਵਿਧਾਨਿਕ ਕੰਸਟੀਟਿਊਸ਼ਨਲ ਬੈਂਚ ਸਪੈਸੀਫਿਕ ਅਗਰ ਕੋਈ ਕੰਸਟੀਟਿਊਸ਼ਨ ਦੇ ਨਾਲ ਵਾਇਲੇਸ਼ਨ ਹੋ ਰਹੀ ਹੈ, ਕੋਈ ਰੂਲਸ ਦੇ ਅਗੇਂਸਟ ਕੁਛ ਐਸਾ ਕੋਈ ਵਾਇਲੇਸ਼ਨ ਹੋ ਰਹੀ ਹੈ ਤਾਂ ਉਹਦੀ ਜਿਹੜੀ ਡਿਸਾਈਡ ਕਰਨ ਦੀ ਪਾਵਰ ਹੈ ਉਹ ਕੰਸਟੀਟਿਊਸ਼ਨਲ ਬੈਂਚ ਨੂੰ ਹੈ। ਔਰ ਕੰਸਟੀਟਿਊਸ਼ਨਲ ਬੈਂਚ ਜਿਹੜੀ ਹੈ ਚਾਰ ਜਸਟਿਸ ਦੀ ਜਿਹੜੀ ਕੰਸਟੀਟਿਊਸ਼ਨਲ ਬੈਂਚ ਸੀ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਮੈਟਰ ਕੋਈ ਐਸਾ ਰੋਸਟਰ ਨੇ ਸੈਟਲ ਕੀਤਾ ਸਾਡੀ ਪਾਵਰ ਵੀ ਚੀਫ ਜਸਟਿਸ ਦੇ ਇਕੁਅਲ ਹੀ ਹੈ, ਔਰ ਕੋਈ ਸਾਡੇ ਲਈ ਕੋਈ ਇਹ ਨਹੀਂ ਕਿ ਚੀਫ ਜਸਟਿਸ ਦੀ ਕੋਈ ਐਕਸਟਰਾ ਕੋਈ ਪਾਵਰ ਹੈ ਕੋਈ, ਕਿਉਂਕਿ ਸਾਡਾ ਵੀ ਜਿਹੜਾ ਇਕੁਅਲ ਸਟੇਟਸ ਹੈ। ਨੋ ਡਾਊਟ ਉਹ ਚੀਫ ਜਸਟਿਸ ਆਫ ਇੰਡੀਆ ਇੱਕ ਵਿਅਕਤੀ ਵਿਸ਼ੇਸ਼ ਨੂੰ ਚੀਫ ਜਸਟਿਸ ਇੰਡੀਆ ਦਾ ਅਹੁਦਾ ਦੇਣਾ ਹੁੰਦਾ, ਇਹ ਤਾਂ ਜ਼ਰੂਰੀ ਹੈ, ਇਹ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਹੈ, ਇਹ ਸਾਡੇ ਲਾਅ ਦੇ ਵਿੱਚ ਹੈ, ਇਹ ਸਾਡੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਹੈ। ਲੇਕਿਨ ਜੋ ਉਹ ਕਹਿ ਰਹੇ ਸੀ ਕਿ ਮੈਟਰ ਕੁਛ ਐਸਾ ਸੀਗਾ ਕਿ ਉਹਨਾਂ ਤੋਂ ਐਕਸਰਸਾਈਜ਼ ਕਰਨ ਦੀ ਬਜਾਏ ਕਿਸੇ ਹੋਰ ਬੈਂਚ 'ਤੇ ਫਾਰਵਰਡ ਹੋਇਆ, ਔਰ ਜਿਹਨੂੰ ਲੈ ਕੇ ਜ਼ਿਆਦਾ ਵਿਵਾਦ ਆਇਆ। ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੇ ਵਿੱਚ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਸੀਂ ਇਸ ਮੈਟਰ ਨੂੰ ਇਸ ਤਰੀਕੇ ਨਾਲ ਡਿਸਾਈਡ ਕਰੋ, ਜਿਸ ਲਈ ਉਹਨਾਂ ਨੇ ਕਿਹਾ ਕਿ ਨਹੀਂ ਸਾਡੀ ਜਿਹੜਾ ਜ਼ਮੀਰ ਆ ਉਹ ਸਾਨੂੰ ਅਲਾਓ ਨਹੀਂ ਕਰਦਾ ਕਿ ਅਸੀਂ ਇਸ ਤਰੀਕੇ ਨਾਲ ਇਹਨੂੰ ਕਰੀਏ, ਤਾਂ ਕਿ ਕੱਲ ਨੂੰ ਅਸੀਂ ਆਉਣ ਵਾਲੇ ਟਾਈਮ 'ਚ ਵੀ ਅਸੀਂ ਆਪਣੇ ਜਵਾਬਦੇਹੀ ਸਾਡੀ ਬਣੇ, ਸਾਡੇ ਆਪਣੇ ਜ਼ਮੀਰ ਨੂੰ ਜਵਾਬ ਦੇਈਏ, ਯਾਨੀ ਕਿ ਉਹਨਾਂ ਦੀ ਇੱਕ ਇਨਰ ਵੋਇਸ ਜਿਹੜੀ ਸੀ, ਉਹਨਾਂ ਦੀ ਇਨਰ ਕੌਨਸ਼ੀਅਸ ਸੀ, ਉਹਨਾਂ ਨੇ ਅਲਾਓ ਨਹੀਂ ਕੀਤਾ, ਇਸ ਲਈ ਉਹਨਾਂ ਨੇ ਸਾਰਾ ਕੁਛ ਆ ਕੇ ਡਿਸਕਲੋਜ਼ ਕੀਤਾ।
ਲੱਖਾਂ ਲੋਕਾਂ ਦੀ ਤਾਦਾਦ ਜਿਹੜੀ ਹੈ ਉਹ ਇੱਕ ਉਮੀਦ ਕਰਦੀ ਹੈ ਕਿ ਜਿਹੜੀ ਸਾਡੀ ਸੁਪਰੀਮ ਜਿਹੜੀ ਅਥਾਰਟੀ ਹੈ ਜਿਹੜੀ ਸਾਡੀ ਰੱਬ ਦੇ ਵਾਂਗੂ ਜਿਹੜੇ ਲੋਕ ਵਿਸ਼ਵਾਸ ਕਰਦੇ ਨੇ ਅਗਰ ਉਹਦੇ ਵਿੱਚ ਹੀ ਅਗਰ ਇਸ ਤਰ੍ਹਾਂ ਦੀ ਕੋਈ ਮੈਨੂਪੁਲੇਸ਼ਨ ਜਾਂ ਕੁਛ ਐਵੇਂ ਦੀ ਕੋਈ ਕੰਫਲਿਕਟ ਸਾਹਮਣੇ ਆਉਂਦੇ ਨੇ ਤੇ ਆਈ ਥਿੰਕ ਦਿਸ ਇਜ਼ ਵੈਰੀ ਮੱਚ ਹੀਨੀਅਸ ਵੈਰੀ ਮੱਚ ਸੀਰੀਅਸ ਫੋਰ ਦਾ ਡੈਮੋਕ੍ਰੇਸੀ ਐਜ਼ ਵੈਲ ਐਜ਼ ਦਾ ਸੋਸਾਇਟੀ। ਜੀ ਵਿਕਰਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ਨੂੰ ਇਹ ਸਾਰੀ ਜਾਣਕਾਰੀ ਦੇਣ ਦੇ ਲਈ। ਸੋ ਹੁਣ ਵੱਧਦੇ ਹਾਂ ਅੱਗੇ। ਸੋ ਇਸ ਪੂਰੇ ਮਾਮਲੇ 'ਤੇ ਵੱਖ ਵੱਖ ਸਮਾਜ ਸੇਵੀ ਅਤੇ ਰਾਜਨੀਤਿਕ ਅਹੁਦੇਦਾਰਾਂ ਨੇ ਆਪਣੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਮਾਜ ਸੇਵੀ ਅੰਨਾ ਹਜ਼ਾਰੇ, ਬੀਜੇਪੀ ਦੇ ਸਾਬਕਾ ਐਮ ਪੀ ਸਤਪਾਲ ਜੈਨ ਅਤੇ ਜਸਟਿਸ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਜਗਦੀਸ਼ ਖੇਰ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਆਓ ਪਾਉਂਦੇ ਹਾਂ ਇਸ 'ਤੇ ਇੱਕ ਨਜ਼ਰ। ਐਡੀਸ਼ਨਲ ਸੈਲਿਸਟਰ ਜਨਰਲ ਆਫ ਇੰਡੀਆ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਐਮ ਪੀ ਸਤਪਾਲ ਜੈਨ ਨੇ ਦਿੱਲੀ ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਪੱਤਰਕਾਰ ਵਾਰਤਾ ਕਰਕੇ ਸੁਪਰੀਮ ਕੋਰਟ ਦੀ ਕਾਰਜਸ਼ੈਲੀ ਤੇ ਜੋ ਸਵਾਲ ਚੁੱਕੇ ਹਨ ਉਸ ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਲ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਮਿਲ ਬੈਠ ਕੇ ਸੁਲਝਾ ਲੈਣਾ ਚਾਹੀਦਾ ਹੈ। ਪਹਿਲਾਂ ਜੱਜਾਂ ਦੀ ਆਪਸੀ ਮਤਭੇਦ ਸੁਲਝਾਉਣ ਦੇ ਲਈ ਅੰਦਰੂਨੀ ਮੀਟਿੰਗ ਹੁੰਦੀ ਸੀ, ਪਰ ਹੁਣ ਕਾਫੀ ਸਮੇਂ ਤੋਂ ਅਜਿਹੀ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜਲਦ ਹੀ ਮਿਲ ਬੈਠ ਕੇ ਇਸ ਮਾਮਲੇ ਦਾ ਹੱਲ ਵੀ ਕੱਢ ਲਿਆ ਜਾਵੇਗਾ। ਅਯੁੱਧਿਆ ਝਗੜੇ ਦੇ ਹੱਲ ਦੇ ਲਈ ਵਿਚੋਲਗੀ ਦੀ ਪੇਸ਼ਕਸ਼ ਕਰਨ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਜਗਦੀਸ਼ ਸਿੰਘ ਖੇਰ ਨੇ ਇੱਕ ਵਾਰ ਫਿਰ ਤੋਂ ਇਸ ਝਗੜੇ ਦੇ ਸ਼ਾਂਤੀਪੂਰਨ ਨਿਪਟਾਰੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਹਿੰਦੂਤਵ ਦੀ ਸਿਆਸਤ ਦੇਸ਼ ਦੇ ਵਿਸ਼ਵ ਪੱਧਰੀ ਸ਼ਕਤੀ ਬਣਨ ਦੇ ਰਾਹ 'ਚ ਅੜਿੱਕਾ ਹੋ ਸਕਦੀ ਹੈ। ਜਸਟਿਸ ਖੇਰ ਨੇ ਕਿਹਾ ਕਿ 1947 ਦੇ ਵਿੱਚ ਦੇਸ਼ ਦੇ ਬਟਵਾਰੇ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਨੇ ਭਿਆਨਕ ਹਿੰਸਾ ਸੰਤਾਪ ਝੱਲਿਆ ਹੈ। ਆਜ਼ਾਦੀ ਮਗਰੋਂ ਭਾਰਤ ਜਿੱਥੇ ਧਰਮ ਨਿਰਪੱਖ ਰਾਸ਼ਟਰ ਬਣਿਆ ਹੈ ਉੱਥੇ ਹੀ ਪਾਕਿਸਤਾਨ ਨੇ ਇਸਲਾਮਿਕ ਦੇਸ਼ ਬਣਨ ਦਾ ਰਾਹ ਚੁਣਿਆ ਸੀ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਪਹਿਲੇ ਆਗੂਆਂ ਨੇ ਇਹ ਯਕੀਨੀ ਬਣਾਇਆ ਕਿ ਦੇਸ਼ ਦੇ ਵਿੱਚ ਧਰਮ ਨਿਰਪੱਖਤਾ ਹੋਵੇ, ਪਰ ਹੁਣ ਅਸੀਂ ਇੱਕ ਵਾਰ ਫਿਰ ਤੋਂ ਇਸ ਨੂੰ ਭੁੱਲਣ ਲੱਗੇ ਹਾਂ। ਉਨ੍ਹਾਂ ਨੇ ਵੀ ਇਸ ਘਟਨਾ ਤੇ ਚਿੰਤਾ ਪ੍ਰਗਟ ਕੀਤੀ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਸੁਪਰੀਮ ਕੋਰਟ ਦੇ ਕੰਮਕਾਜ ਦੇ ਤਰੀਕੇ ਦੇ ਵਿੱਚ ਆਪਣੀ ਰਾਏ ਜਨਤਕ ਕਰਨ ਤੇ ਸੁਪਰੀਮ ਕੋਰਟ ਦੇ 4 ਜੱਜਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਜ਼ਾਹਿਰ ਕੀਤੀ ਗਈ ਚਿੰਤਾ ਦਰਸਾਉਂਦੀ ਹੈ ਕਿ ਸਰਕਾਰ ਦੇ ਕੁਝ ਲੋਕਾਂ ਅਤੇ ਜੱਜਾਂ ਵਿਚਾਲੇ ਕਿਸ ਤਰ੍ਹਾਂ ਦੀ ਗੰਢ ਧੁੱਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗੰਢ ਧੁੱਪ ਨੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਇਆ ਹੈ। ਭਾਰਤ ਮੈਂ 4 ਸੀਨੀਅਰ ਜੱਜ ਜੋ ਸੁਪਰੀਮ ਕੋਰਟ ਕੇ ਸਰਵੋੱਚ ਨਿਆਧੀਸ਼ ਹੈ ਉਨਕੇ ਬਰਾਬਰ ਕੇ ਜੱਜ ਜਬ ਇਹ ਬਤਾ ਰਹੇ ਪ੍ਰੈਸ ਲੈ ਰਹੇ ਪਹਿਲੇ ਤੋਂ ਪ੍ਰੈਸ ਲੈ ਰਹੇ ਯਹੀ ਦੁਰਭਾਗ ਹੈ। ਮੈਂ ਤਾਂ ਇਹ ਕਹੂੰਗਾ ਕਿ 4 ਜੱਜੋ ਨੇ ਜੇ ਡੇਰਿੰਗ ਕੀਆ ਦੇਸ਼ ਵਾਸੀਓ ਕੇ ਸਾਹਮਣੇ ਇਹ 4 ਜੱਜੋ ਨੇ ਜੋ ਬਾਤ ਲਾਈ ਨਾ ਉਨਕਾ ਅਭਿਨੰਦਨ ਕਰਤਾ ਮੈਂ। ਅਗਰ ਉਹ ਬਾਤ ਸਮਾਜ ਕੇ ਸਾਹਮਣੇ ਨਹੀਂ ਆਤੀ ਤੋ ਕਿਆ ਹੋਗਾ ਦੇਸ਼ ਕਾ। ਸੋ ਹੁਣ ਗੱਲ ਕਰਦੇ ਹਾਂ ਪਟਿਆਲਾ ਤੋਂ ਸੋਹਿਤ ਗਰਗ ਦੇ ਨਾਲ, ਐਡਵੋਕੇਟ ਸੋਹਿਤ ਗਰਗ ਪਟਿਆਲਾ ਤੋਂ, ਜਿਨ੍ਹਾਂ ਤੋਂ ਅਸੀਂ ਪੂਰੇ ਮਾਮਲੇ ਦੀ ਜਾਣਕਾਰੀ ਲੈਂਦੇ ਹਾਂ ਕਿ ਕੀ ਰਾਏ ਹੈ ਉਹਨਾਂ ਦੀ ਇਸ ਪੱਤਰਕਾਰ ਵਾਰਤਾ ਬਾਰੇ। ਸੋਹਿਤ ਜੀ, ਸੁਪਰੀਮ ਕੋਰਟ ਦੇ 4 ਜੱਜਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਪ੍ਰੈਸ ਕਾਨਫਰੰਸ ਨੇ ਬਹੁਤ ਸਾਰੇ ਖੁਲਾਸੇ ਕੀਤੇ ਹੈ ਤੇ ਜੋ ਆਮ ਲੋਕ ਹਨ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਸ ਦੇ ਨਾਲ ਬਹੁਤ ਸਾਰੇ ਸਵਾਲ ਉੱਠ ਰਹੇ ਆ ਤੇ ਕਾਫੀ ਅੰਦਰੂਨੀ ਮੁੱਦੇ ਹੈ ਜੋ ਇਸ ਤੋਂ ਉਜਾਗਰ ਹੋਏ ਆ। ਤੁਹਾਡਾ ਕੀ ਕਹਿਣਾ ਹੈ ਇਸ ਸਭ ਬਾਰੇ ਵੀ, ਕੀ ਇਸ ਤਰ੍ਹਾਂ ਖੁੱਲੇ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਉਜਾਗਰ ਕਰਨੇ ਚਾਹੀਦੇ ਆ ਕਿ ਨਹੀਂ, ਕੀ ਸਹੀ ਸੀ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰਨਾ? ਹਾਂਜੀ ਹਾਂਜੀ,
ਅੱਛਾ ਮੈਮ, ਜੇ ਤੁਸੀਂ ਮੈਨੂੰ ਥੋੜੀ ਇਜਾਜ਼ਤ ਦਿਓਗੇ, ਮੈਂ ਤੁਹਾਨੂੰ ਇਸ ਕੇਸ ਦੀ ਥੋੜੀ ਜਿਹੀ ਬਰੀਫ ਹਿਸਟਰੀ ਥੋੜੀ ਜਿਹੀ ਦਰਸ਼ਕਾਂ ਦੇ ਸਾਹਮਣੇ ਰੱਖਣਾ ਚਾਹੂੰਗਾ ਜੀ। ਬਿਲਕੁਲ ਜੀ। ਐਕਚੁਅਲੀ ਮੈਮ ਦੇਖੋ ਜੀ, ਸੁਪਰੀਮ ਕੋਰਟ ਵਿੱਚ ਜੋ ਵੀ ਕੇਸ ਆਉਂਦੇ ਹਨ ਜੀ, ਉਹਨਾਂ ਦੇ ਅਬੰਟਨ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ, ਯਾਨੀ ਕਿ ਉਹ ਕੇਸ ਕਿਸ ਨੂੰ ਟ੍ਰਾਂਸਫਰ ਕਰਨਾ, ਹਨਾ ਜੀ, ਉਹ ਚੀਫ ਜਸਟਿਸ ਆਫ ਇੰਡੀਆ ਦੀ ਹੁੰਦੀ ਹੈ ਜੀ। ਤੇ ਉਹ ਇਸ ਕੇਸਿਸ ਨੂੰ ਸੁਪਰੀਮ ਕੋਰਟ ਦੇ ਹੋਰ ਜੱਜਿਸ ਜਾਂ ਫਿਰ ਜੱਜਾਂ ਦੇ ਬੈਂਚ ਨੂੰ ਭੇਜਦੇ ਹਨ। ਤੇ ਮੈਮ ਇਹ ਜਿਹੜੇ ਸਾਰਾ ਸਿਸਟਮ ਜਿਹੜਾ ਭੇਜਣ ਦਾ ਸਿਸਟਮ ਹੁੰਦਾ, ਇਹਨੂੰ ਰੋਸਟਰ ਸਿਸਟਮ ਵੀ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਜੀ। ਤੇ ਮੈਮ ਹੁਣ ਮੁੱਦਾ ਇਹ ਹੋਇਆ ਜੀ ਕਿ ਪਿਛਲੇ 3-4 ਮਹੀਨਿਆਂ ਤੋਂ ਜਿਹੜੇ ਸੁਪਰੀਮ ਕੋਰਟ ਦੇ ਮੁੱਖ ਕੇਸ ਹਨ, ਚਾਹੇ ਉਹ ਮੈਮ ਕੇਸ ਹੋਵੇ ਉਹਦਾ ਜੀ, ਜਿਹੜਾ ਆਪਣੇ ਅਮਿਤ ਸ਼ਾਹ ਜੀ ਦਾ ਕੇਸ ਹੈ, ਬੀ ਐਚ ਲੋਇਆ ਦੀ ਡੈਥ ਦਾ ਕੇਸ ਹੈ, ਉਹ ਹੋਵੇ ਬੇਸ਼ੱਕ ਮੈਮ, ਉਹ ਚੀਫ ਜਸਟਿਸ ਆਫ ਇੰਡੀਆ ਸੁਪਰੀਮ ਕੋਰਟ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਸੀਨੀਅਰ ਮੋਸਟ ਜਜਿਸ ਕੋਲ ਜਾਣ ਦੀ ਬਜਾਏ ਉਹਨਾਂ ਨੂੰ ਮੈਮ ਜੂਨੀਅਰ ਜਿਹੜੇ ਸੁਪਰੀਮ ਕੋਰਟ ਦੇ ਹੋਰ ਜੂਨੀਅਰ ਜਜਿਸ ਨੇ ਉਹਨਾਂ ਕੋਲ ਚੀਫ ਜਸਟਿਸ ਆਫ ਇੰਡੀਆ ਦੀ ਮਰਜ਼ੀ ਦੇ ਮੁਤਾਬਕ ਤੇ ਸੁਪਰੀਮ ਕੋਰਟ ਦੀ ਪੁਰਾਣੀ ਪਰੰਪਰਾ ਦੇ ਖਿਲਾਫ਼ ਭੇਜੇ ਜਾ ਰਹੇ ਹਨ ਜੀ। ਤੇ ਮੈਮ ਇਹ ਸਾਰੇ ਕੇਸਿਸ ਵਿੱਚ ਚੀਫ ਜਸਟਿਸ ਆਫ ਇੰਡੀਆ ਦੀ ਮਨ ਮਰਜ਼ੀ ਮੁਤਾਬਕ ਫੈਸਲੇ ਕੀਤੇ ਜਾ ਰਹੇ ਹਨ ਤੇ ਮੈਮ ਜੋ ਕਿ ਜੁਡੀਸ਼ਰੀ ਦੀ ਸੰਸਥਾ ਅਤੇ ਪਰੰਪਰਾ ਦੇ ਪੂਰੇ ਖਿਲਾਫ਼ ਹਨ ਜੀ। ਤੇ ਮੈਮ ਇਹ ਘਟਨਾ ਤੋਂ ਨਾਰਾਜ਼ ਹੋ ਕੇ ਚੀਫ ਜਸਟਿਸ ਤੋਂ ਬਾਅਦ ਜਿਹੜੇ ਜੀ 4 ਸੀਨੀਅਰ ਮੋਸਟ ਜਜਿਸ ਨੇ ਸੁਪਰੀਮ ਕੋਰਟ ਦੇ, ਉਹਨਾਂ ਨੇ ਇਹ ਆਪਣੀ ਨਾਰਾਜ਼ਗੀ ਚੀਫ ਜਸਟਿਸ ਕੋਲ ਰੱਖੀ ਜੀ। ਪਰ ਮੈਮ ਕੀ ਹੋਇਆ ਜੀ, ਜਦ ਉਹਨਾਂ ਨੂੰ ਲੱਗਿਆ ਕਿ ਉੱਥੇ ਉਹਨਾਂ ਦੀ ਦਾਲ ਨਹੀਂ ਗੱਲੀ, ਤਦ ਮੈਮ ਉਹਨਾਂ ਨੇ ਇਹ ਮੁੱਦਾ ਦੇਸ਼ ਦੀ ਆਵਾਮ, ਦੇਸ਼ ਦੀ ਮੀਡੀਆ ਤੇ ਜਨਤਾ ਦੇ ਦਰਬਾਰ ਦੇ ਸਾਹਮਣੇ ਵਿੱਚ ਰੱਖਣ ਦੇ ਵਿੱਚ ਆਪਣੀ ਉਹ ਸਮਝੀ ਜੀ। ਬਿਲਕੁਲ। ਤੇ ਮੈਮ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਜਸਟਿਸ ਨੇ ਜਿਹੜੇ ਸੁਪਰੀਮ ਕੋਰਟ, ਜਸਟਿਸ ਚਮਲੇਸ਼ਵਰ ਜੀ, ਜੋ ਕਿ ਨੈਕਸਟ ਟੂ ਚੀਫ ਜਸਟਿਸ ਆਫ ਇੰਡੀਆ ਨੇ ਜੀ, ਉਹਨਾਂ ਦਾ ਬਿਆਨ ਮੈਂ ਥੋੜਾ ਜਿਹਾ ਰੱਖਣਾ ਚਾਹੂੰਗਾ। ਤੇ ਮੈਮ ਉਹਨਾਂ ਦਾ ਇਹ ਮੰਨਣਾ ਕਿ ਜੁਡੀਸ਼ਰੀ ਦੇਸ਼ ਦੀ ਬਹੁਤ ਹੀ ਵਿਸ਼ਵਾਸਯੋਗ ਸੰਸਥਾ ਹੈ ਜੀ। ਜੀ ਬਿਲਕੁਲ। ਤੇ ਮੈਮ ਤੇ ਉਹਨਾਂ ਦੀ ਆਤਮਾ ਇਹ ਜੋ ਕਿ ਗਲਤ ਚੀਜ਼ ਸੁਪਰੀਮ ਕੋਰਟ ਵਿੱਚ ਹੋ ਰਹੀ ਸੀ ਉਹਨੂੰ ਚਾਲੂ ਰੱਖਣ ਦੀ ਇਜਾਜ਼ਤ ਨਹੀਂ ਦਿੰਦੀ ਜੀ। ਬਿਲਕੁਲ। ਤੇ ਮੈਮ ਇਸ ਤੋਂ ਪਹਿਲਾਂ ਕਿ 20 ਸਾਲ ਬਾਅਦ ਦੇਸ਼ ਦਾ ਸਿਸਟਮ, ਦੇਸ਼ ਦਾ ਜੋ ਕਿ ਆਪਣਾ ਪੂਰਾ ਦੇਸ਼ ਹੈਗੀ, ਦੇਸ਼ ਦੀ ਆਵਾਮ ਹੈਗੀ, ਜਨਤਾ ਹੈਗੀ, ਉਸ ਸਿਸਟਮ ਨੂੰ ਦੋਸ਼ ਦਿੰਦੀ ਤਾਂ ਉਹਨਾਂ ਨੇ ਇਹ ਜਨਤਾ ਦੇ ਸਾਹਮਣੇ ਰੱਖਣ ਦਾ ਡਿਸੀਜਨ ਲਿੱਤਾ ਜੀ। ਮੈਮ ਇਹ ਬਰੀਫ ਹਿਸਟਰੀ ਸੀਗੀ ਜੀ ਕੇਸ ਦੀ ਜੀ। ਸੋਹਿਤ, ਇੱਕ ਗੱਲ ਹੋਰ ਪੁੱਛਣਾ ਚਾਹਾਂਗੇ, 1984 ਦਾ ਜੋ ਕਤਲੇਆਮ ਹੋਇਆ ਸੀਗਾ, ਕਾਫੀ ਸਿੱਖ ਹਿੰਦੂ ਇਸ ਦੇ ਵਿੱਚ ਮਾਰੇ ਗਏ ਸਨ, ਔਰ ਜੋ ਕਾਫੀ ਕੇਸ ਹੈਗੇ ਆ ਅਜੇ ਵੀ ਲਟਕ ਰਹੇ ਆ, ਲੋਕ ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਆ, ਸੋ ਜੋ ਅੱਜ ਸਾਡੇ ਸਾਹਮਣੇ ਇਹਨਾਂ ਦਿਨਾਂ ਦੇ ਵਿੱਚ ਹੁਣ ਘਟਨਾ ਆਈ ਹੈਗੀ ਆ, ਜਿਸ ਤਰ੍ਹਾਂ ਇਹਨਾਂ ਸੀਨੀਅਰ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਸੋ ਇਸ ਦੇ ਨਾਲ ਜੋ ਆਮ ਲੋਕ ਹਨ ਉਹਨਾਂ ਦੇ ਮਨ ਦੇ ਵਿੱਚ ਵੀ ਇੱਕ ਆਸ਼ੰਕਾ ਉੱਠਦੀ ਹੈ ਕਿ ਜੋ ਇਸ ਤਰ੍ਹਾਂ ਦੇ ਕੇਸਾਂ ਦਾ, ਜੋ 1984 ਕਤਲੇਆਮ ਦੀ ਜੇ ਗੱਲ ਕੀਤੀ ਜਾਵੇ, ਉਹਨਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ, ਕਿਸੇ ਕਿਤੇ ਇਸ ਦੇ ਵਿੱਚ ਵੀ ਕੋਈ ਗੜਬੜੀ ਤਾਂ ਨਹੀਂ ਹੈ, ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ? ਦੇਖੋ ਮੈਮ, ਜਿਹੜਾ ਆਪਣਾ ਹੁਣ ਇਹ ਕੇਸ ਲੈ ਕੇ ਰਿਲੇਟਡ ਹੈਗਾ ਜੀ, ਜਿਹੜਾ ਜੱਜ ਨੇ ਉਠਾਇਆ ਮੈਮ, ਇਹ ਹੈਗਾ ਸੁਪਰੀਮ ਕੋਰਟ ਦਾ ਇੰਟਰਨਲ ਮੈਟਰ ਜੀ। ਉਹਨਾਂ ਨੂੰ ਸਿਸਟਮ ਦੇ ਵਿੱਚ ਕੋਈ ਲੱਗਿਆ ਵੀ ਇਹ ਸਿਸਟਮ ਅੱਛੀ ਤਰ੍ਹਾਂ ਵਰਕ ਨਹੀਂ ਕਰਦਾ ਸੀਗਾ, ਅਤੇ ਇਹ ਸਿਸਟਮ ਚ ਸਾਡੇ ਇਹ ਸਿਸਟਮ ਦੇ ਵਿੱਚ ਰਹਿ ਕੇ ਸਾਡੀ ਆਵਾਜ਼ ਨਹੀਂ ਸੁਣੀ ਜਾ ਰਹੀ ਸੀ, ਇਸ ਕਰਕੇ ਮੈਮ ਉਹ ਜਨਤਾ ਦੇ ਦਰਬਾਰ ਵਿੱਚ ਆਏ ਤੇ ਉਹਨਾਂ ਨੇ ਆਪਣੀ ਗੱਲ ਰੱਖੀ। ਤੇ ਮੈਡਮ, ਮੇਰਾ ਇਹ ਪਰਸਨਲ ਓਪੀਨੀਅਨ, ਮੈਨੂੰ ਇਹ ਲੱਗਦਾ ਵੀ ਇਹ ਕੇਸ ਦਾ ਉਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਮੈਮ, ਕਿਉਂਕਿ ਉਹ ਇੱਕ ਵੱਖਰਾ ਮਾਮਲਾ ਹੈ। ਉਹਦੇ ਵਿੱਚ ਸੁਪਰੀਮ ਕੋਰਟ ਨੇ SID ਗਠਿਤ ਕਰਤੀ ਹਨਾ ਮੈਮ, ਤੇ ਉਹਦੀ ਜੋ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਸੁਪਰੀਮ ਕੋਰਟ ਵਿੱਚ ਕੇਸ ਫਾਈਲ ਹੋਏਗਾ ਤੇ ਕੇਸ ਡਿਸਾਈਡ ਹੋਏਗਾ ਮੈਮ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਮੁੱਦੇ ਦਾ ਕੋਈ ਉਸ ਤੇ ਇਫੈਕਟ ਹੋਏਗਾ ਜੀ ਐਸ ਸੱਚ ਜੀ। ਸੋ ਇਹ ਸੀ ਸਾਡੇ ਨਾਲ ਸੋਹਿਤ ਗਰਗ, ਐਡਵੋਕੇਟ ਸੋਹਿਤ ਗਰਗ ਪਟਿਆਲਾ ਤੋਂ, ਜਿਨ੍ਹਾਂ ਨੇ ਇਸ ਮਾਮਲੇ ਬਾਰੇ ਸਾਡੇ ਨਾਲ ਗੱਲਬਾਤ ਕੀਤੀ। ਸੋ ਦਰਸ਼ਕੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਆਪਣੀ ਰਾਏ ਸਾਨੂੰ ਜ਼ਰੂਰ ਭੇਜੋ। ਦਰਸ਼ਕੋ,
ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਬਾਰੇ ਤੁਸੀਂ ਆਪਣੀ ਰਾਏ ਰੱਖੋਗੇ, ਕਿਉਂਕਿ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਇਸ ਮੁੱਦੇ ਤੋਂ ਜਾਣੂ ਕਰਵਾਇਆ ਜਾਵੇ, ਕਿਉਂਕਿ ਇਨਸਾਫ਼ ਦੇ ਲਈ ਆਮ ਆਦਮੀ ਹਮੇਸ਼ਾ ਜਿਸ ਥਾਂ 'ਤੇ ਜਾਂਦਾ ਹੈ ਉਸ ਥਾਂ ਦੇ ਲੋਕ ਹੀ ਜੇਕਰ ਬਾਹਰ ਆ ਕੇ ਨਿਆਂ ਮੰਗਣ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਤਾਂ ਹਰੇਕ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੁੰਦੀ ਹੈ। ਸੋ ਉਮੀਦ ਕਰਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ। ਤਦ ਤੱਕ ਦੇ ਲਈ ਮੈਨੂੰ ਕਮਲਜੀਤ ਕੌਰ ਥਿੰਦ ਨੂੰ ਇਜਾਜ਼ਤ ਦਿਓ। ਧੰਨਵਾਦ।